ਮੇਰਾ ਜੀ ਢਾਡੀ ਸ਼ਿੰਗਾਰਾ ਸਿੰਘ ਸਾਜਨ ਅੱਜ ਜੀ ਸ਼੍ਰੋਮਣੀ ਭਗਤ ਬਾਬਾ ਰਵਿਦਾਸ ਜੀ ਦਾ ਅਵਤਾਰ ਪੁਰਬ ਦੀਆਂ ਖੁਸ਼ੀਆਂ ਮਨਾਈਆਂ ਜਾ ਰਹੀਆਂ ਨੇ ਜਿਨ੍ਹਾਂ ਦਾ ਅਵਤਾਰ ਉਦੋਂ ਹੋਇਆ ਜਦੋਂ ਇਸ ਸੰਸਾਰ ਅੰਦਰ ਜਾਤ ਪ੍ਰਸਤੀ ਦਾ ਜ਼ੋਰ ਸੀਗਾ ਅੱਧੀ ਬਸੋ ਨੂੰ ਮਨੁੱਖ ਹੀ ਨਹੀਂ ਸਮਝਿਆ ਜਾਂਦਾ ਸੀਗਾ ਉਹਨਾਂ ਨੇ ਅਵਤਾਰ ਧਾਰਨ ਕਰਕੇ ਇੱਕ ਨਵੀਂ ਕ੍ਰਾਂਤੀ ਲਿਆਂਦੀ ਬਹੁਤ ਸਾਰੀਆਂ ਨੀਵੀਆਂ ਜਿਨ੍ਹਾਂ ਨੂੰ ਜਾਤਾਂ ਆਖਿਆ ਜਾਂਦਾ ਸੀ ਸ਼ੂਦਰ ਆਖਿਆ ਜਾਂਦਾ ਸੀ ਉਹਨਾਂ ਨੂੰ ਜ਼ਿੰਦਗੀ ਜਿਉਣ ਦਾ ਹੱਕ ਲੈ ਕੇ ਦਿੱਤਾ ਅੱਜ ਅਸੀਂ ਉਸ ਰਹਿਬਰ ਦਾ ਉਸ ਭਗਤ ਦਾ ਜਿਨ੍ਹਾਂ ਦੀ ਬਾਣੀ 40 ਸ਼ਬਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਨੇ ਉਹਨਾਂ ਦੇ ਅਵਤਾਰ ਪੁਰਬ ਦੀ ਖੁਸ਼ੀਆਂ ਵਿੱਚ ਇੱਕ ਨਗਰ ਕੀਰਤਨ ਦੇ ਵਿੱਚ ਜੁੜੇ ਹੋਏ ਇਹ ਜੋ ਨਗਰ ਕੀਰਤਨ ਹੈ ਇਹ ਟਿੱਬੀ ਰਵਿਦਾਸਪੁਰਾ ਜੋ ਕਿ ਸੁਨਾਮ ਦੇ ਵਿੱਚ ਹੈ ਉੱਥੋਂ ਦੀਆਂ ਸੰਗਤਾਂ ਵੱਲੋਂ ਬੜੇ ਉਤਸ਼ਾਹ ਨਾਲ ਜਿੱਥੇ ਨਗਰ ਕੀਰਤਨ ਕੀਤਾ ਜਾਂਦਾ ਹੈ ਅਵਤਾਰ ਪੁਰਬ ਮਨਾਇਆ ਜਾਂਦਾ ਹੈ ਉੱਥੇ ਬਾਬਾ ਜੀ ਦੀ ਯਾਦਗਾਰ ਜਿਹੜਾ ਗੁਰਦੁਆਰਾ ਸਾਹਿਬ ਬਣਾਇਆ ਹੈ ਬਹੁਤ ਆਲੀਸ਼ਾਨ ਬਹੁਤ ਹੀ ਵਧੀਆ ਬਿਲਡਿੰਗ ਬਹੁਤ ਹੀ ਸੱਜੇ ਮਰਜ਼ਾਦਾ ਉੱਥੇ ਪ੍ਰਬੰਧ ਹੈ ਇਹਨਾਂ ਦਾ ਬਾਬਾ ਜੀ ਦੀ ਫੁਲਵਾੜੀ ਵੱਲੋਂ ਇਹ ਬਹੁਤ ਵੱਡਾ ਪ੍ਰਬੰਧ ਕੀਤਾ ਜਾਂਦਾ ਟਿੱਬੀ ਰਵਿਦਾਸਪੁਰਾ ਜੀ ਸੁਨਾਮ